ਕੁਝ ਗੱਲਾਂ ਐਸੀਆਂ ਨੇ ਜੋ ਸਵਰਨਸਨ ਸੀਬੀਏ ਜੀ ਅਗਰ ਅੱਜ ਸਾਡੇ ਵਿੱਚ ਮੌਜੂਦ ਹੁੰਦੇ ਤਾਂ ਇਹ ਫਿਲਮ ਆਉਣ ਤੋਂ ਬਾਅਦ ਗੱਲ ਹੀ ਬਿਸ਼ੋਰ ਬਣਨੀ ਸੀ ਅੱਬ ਵੀ ਐ ਵੀ ਅੱਜ ਚਮਕੀਲਾ ਜੀ ਨਾਲ ਆਇਆ ਹੋਇਆ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਵੀ ਉਹ ਗੱਲਾਂ ਵਿੱਚ ਹੀ ਰਹਿ ਗਈਆਂ ਤੇ ਕਾਸ਼ ਥੋੜਾ ਸਮਾਂ ਪਰਮਾਤਮਾ ਉਹਨਾਂ ਨੂੰ ਹੋਰ ਦੇ ਦਿੰਦਾ ਤਾਂ ਉਹ ਕਿਤਾਬ ਜਿਹੜੀ ਸੀਗੀ ਲੋਕਾਂ ਸਾਹਮਣੇ ਆ ਜਾਂਦੀ ਪਾਣੀ ਦਾ ਬਲਬਲਿਆ ਜਿਹੜਾ ਹੈ ਨਾ ਗੀਤ ਸਿੱਧੂ ਮੂਸੇਵਾਲਾ ਤੱਕ ਸੌਂਦਾ ਸੀਗਾ ਔਰ ਸਿੱਧੂ ਦੇ ਅਖੀਰਲੇ ਦਿਨ ਦੇ ਵਿੱਚ ਦਿਨਾਂ ਦੇ ਵਿੱਚ ਉਹਨਾਂ ਨੇ ਇਹੀ ਸਟੋਰੀ ਦੇ ਵਿੱਚ ਆਪਣਾ ਗੀਤ ਲਾਇਆ ਸੀ ਜੋ ਕਿ ਸੀਵੀਐਸ ਸਾਹਬ ਦਾ ਲਿਖਿਆ ਹੋਇਆ ਹੈ। ਉਹ ਮੈਂ ਇੰਨਾ ਕੀ ਯੋਗਦਾਨ ਹੈ ਮੇਰਾ ਵੀ ਮੈਂ ਚਮਕੀਲਾ ਅੱਜ ਦੇ ਉੱਪਰ ਸਭ ਤੋਂ ਜ਼ਿਆਦਾ ਰਿਸਰਚ ਕਰ ਕੀਤੀ ਹੁਣ ਤੱਕ। ਉਹਨਾਂ ਦਾ ਰੁਤਬਾ ਅੱਜ ਦੇ ਕਲਾਕਾਰਾਂ ਦੇ ਮਤਲਬ ਵਿੱਚ ਦੇਖਦੇ ਆਂ। ਤਾਂ ਅੱਜ ਕਲਾਕਾਰ ਤੇ ਦੋ ਗੀਤ ਚੱਲ ਜਾਣਾ ਉਹਦੇ ਨਾਲ 10-500 ਹੁੰਦੇ ਨੇ ਕਿਸੇ ਨਾਲ ਫੋਟੋ ਲੈ ਖਿਚਵਾਉਣ ਦੇ ਤੇ ਉਹ ਇਨਸਾਨ ਉਹ ਜੋੜੀ ਐਸੀ ਸੀ ਤੁਸੀਂ ਯਕੀਨ ਮੰਨਿਓ ਆਖੀਰਲੇ ਦਿਨ ਤੱਕ ਵੀ ਅਮਰਜੋਤ ਭੈਣ ਜੀ ਸਾਡੇ ਗਵਾਂਢੀ ਦੱਸਦੇ ਨੇ ਘਰ ਦਾ ਕੰਮ ਤੱਕ ਉਹ ਮਤਲਬ ਨਹੀਂ ਤਾਂ ਅਗਲਾ ਕਹਿੰਦਾ ਨੌਕਰ ਰੱਖੋ ਆ ਰੱਖੋ ਵਾਕ ਕਰਦੇ ਸੀ ਬਿਲਕੁਲ ਕੱਪੜੇ ਤੱਕ ਦਾ ਧਿਆਨ ਸਾਰਾ ਮਤਲਬ ਇੱਕ ਪੂਰੇ ਫਰਜ਼ ਨਿਭਾਉਂਦੇ ਸੀਗੇ ਸਵਾਲ ਸਾਡੇ ਦਿਲ ਦੇ ਵਿੱਚ ਹਜੇ ਤੱਕ ਹੈਗਾ ਹੈ ਚਾਹੇ ਚਮਕੀਲਾ ਫਿਲਮ ਰਿਲੀਜ਼ ਹੋਈ ਹੈ ਉਸ ਨੂੰ ਵੇਖਣ ਤੋਂ ਬਾਅਦ ਵੀ ਕਿ ਆਖਿਰ ਕੌਣ ਸੀ ਉਹ ਲੋਕ ਜਿਨ੍ਹਾਂ ਕਰਕੇ ਅੱਜ ਚਮਕੀਲਾ ਜੀ ਔਰ ਅਮਰਜੋਤ ਜੀ ਨਹੀਂ ਰਹਿ ਸਕੇ ਵਲਤੇਜ ਰਾਜ ਜੀ ਸਾਡੇ ਨਾਲ ਮੌਜੂਦ ਨੇ ਸਰ ਸੀਵੀਆ ਸਰ ਦੇ ਘਰ ਇੱਥੇ ਪਹੁੰਚੇ ਹੋਏ ਆ ਜੀ ਸੀਵੀਆ ਸਾਹਿਬ ਇੱਥੇ ਹੁੰਦੇ ਤਾਂ ਅੱਜ ਗੱਲਬਾਤ ਕੁਝ ਹੋਰ ਹੋਣੀ ਸੀ ਹੈਨਾ ਸੋ ਕੀ ਕਹਿਣਾ ਚਾਹੋਗੇ ਅੱਜ ਇੱਥੇ ਅਸੀਂ ਸਾਰੇ ਜਿਹੜੇ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਤੁਸੀਂ ਜਗਵਾਨੀ ਟੀਮ ਟੀਮ ਦਾ ਤੁਹਾਡੀ ਦਾ ਪੂਰੀ ਦਾ ਬਹੁਤ-ਬਹੁਤ ਧੰਨਵਾਦ ਵੀ ਤੁਸੀਂ ਅੱਜ ਇੱਕ ਇਤਿਹਾਸਿਕ ਪਲ ਨੇ ਸਾਡੇ ਲਈ ਵੀ ਜਦੋਂ ਸਵਰਨ ਸਿੰਘ ਸਿਵੀਆ ਜੀ ਦੇ ਪਰਿਵਾਰ ਨੇ ਸਾਨੂੰ ਪੂਰੀ ਚਮਕੀਲਾ ਫੈਮਿਲੀ ਨੂੰ ਬੁਲਾਇਆ ਕਿਉਂਕਿ ਅੱਜ ਉਹਨਾਂ ਦਾ ਹੀ ਅਮਰਸਨ ਚਮਕੀਲਾ ਜੀ ਦੀ ਦੋ ਫਿਲਮ ਆਈ ਆ ਉਹਦੇ ਵਿੱਚ ਅਗਰ ਕਾਫੀ ਜਿਆਦਾ ਕਿਸੇ ਦੀ ਚਰਚਾ ਹੋ ਰਹੀ ਹੈ ਤਾਂ ਉਹ ਪਰਿਵਾਰ ਦੇ ਬਾਦ ਸਰਦਾਰ ਸਵਰਨ ਸਿੰਘ ਸਿਵੀਆ ਜੀ ਨੇ ਜੋ ਕਿ ਪੋਪਲਾ ਪਿੰਡ ਦਾ ਮਾਣ ਨੇ ਔਰ ਉਹਨਾਂ ਦੇ ਪਰਿਵਾਰ ਨੇ ਇਸੇ ਗੱਲ ਨੂੰ ਮੱਦੇਜ ਨਜ਼ਰ ਰੱਖਦੇ ਹੋਏ ਪੂਰੇ ਚਮਕੀਲਾ ਪਰਿਵਾਰ ਨੂੰ ਅੱਜ ਉਹਨਾਂ ਦੇ ਮੈਸੇਜ ਨੂੰ ਉਹਨਾਂ ਦੇ ਬੇਟੇ ਨੂੰ ਉਹਨਾਂ ਦੇ ਨੂੰ ਨੂੰ ਔਰ ਨਾਲ ਨਾਲ ਦਾਸ ਨੂੰ ਬਲਤੇਸ਼ਰਾਂ ਨੂੰ ਸਾਨੂੰ ਪਰਿਵਾਰ ਕਿਉਂਕਿ ਅਸੀਂ ਪਰਿਵਾਰਕ ਮੈਂਬਰ ਹੀ ਹਾਂ ਇੱਕ ਤਰ੍ਹਾਂ ਦੇ ਤੇ ਬੁਲਾਇਆ ਤੇ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਪਰ ਕੁਝ ਗੱਲਾਂ ਐਸੀਆਂ ਨੇ ਜੋ ਸਵਰਨਸਨ ਸਿਵੀ ਅ ਜੀ ਅਗਰ ਅਜੋ ਸਾਡੇ ਵਿੱਚ ਮੌਜੂਦ ਹੁੰਦੇ ਤਾਂ ਇਹ ਫਿਲਮ ਆਉਣ ਤੋਂ ਬਾਅਦ ਗੱਲ ਹੀ ਪਸ਼ੋਰ ਬਣਨੀ ਸੀ ਕਿਉਂਕਿ ਉਹਨਾਂ ਦੇ ਦਿਲ ਦੇ ਵਿੱਚ ਦੋ ਹੀ ਬਟੀਆਂ ਰਚੀਆਂ ਸੀਗੀਆਂ ਇੱਕ ਤਾਂ ਵੀ ਅਮਰ ਸਿੰਘ ਚਮਕੀਲਾ ਦੇ ਉੱਪਰ ਫਿਲਮ ਐਜ ਹੀ ਬਣੀ ਜਿੰਨਾ ਉਹਦਾ ਕਦ ਹੈ ਦੂਜੀ ਉਹਨਾਂ ਦੇ ਸੀਗੀ ਵੀ ਬਲਤੇਜ ਮੈਂ ਇੱਕ ਬੁੱਕ ਲਿਖ ਰਿਹਾ ਹਾਂ ਜੀ ਉਹਦੇ ਵਿੱਚ ਮੈਂ ਐਸੇ-ਐਸੇ ਗੱਲਾਂ ਲਿਖ ਲਿਖੂੰਗਾ ਸਚਾਈ ਲਿਖੂੰਗਾ ਵੀ ਜਦੋਂ ਸਾਹਮਣੇ ਆਉਗੇ ਤਾਂ ਲੋਕ ਦੇਖਣਗੇ ਵੀ ਵੀ ਐ ਵੀ ਵੀ ਚਮਕੀਲਾ ਜੀ ਨਾਲ ਆਇਆ ਹੋਇਆ ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਵੀ ਉਹ ਗੱਲਾਂ ਵਿੱਚ ਹੀ ਰਹਿ ਗਈਆਂ ਤੇ ਕਾਸ਼ ਥੋੜਾ ਸਮਾਂ ਪਰਮਾਤਮਾ ਉਹਨਾਂ ਨੂੰ ਹੋਰ ਦੇ ਦਿੰਦਾ ਤਾਂ ਉਹ ਕਿਤਾਬ ਜਿਹੜੀ ਸੀਗੀ ਲੋਕਾਂ ਸਾਹਮਣੇ ਆ ਜਾਂਦੀ ਹੁਣ ਵੀ ਤੁਹਾਡੇ মিডিਆ ਲਈ ਮੇਰੀ ਪਰਿਵਾਰ ਨੂੰ ਅਤ ਬਣ ਕੇ ਬੇਨਤੀ ਹੈ ਪੂਰੇ ਚਮਕੀਲਾ ਪ੍ਰਸ਼ੰਸਕਾ ਬੰਨੀਆਂ ਵੀ ਉਸ ਕਿਤਾਬ ਦਾ ਖਾਡਾ ਤਿਆਰ ਪਿਆ ਲਗਭਗ 95% 96% ਕੰਮ ਹੋ ਤੇ ਹੋ ਚੁੱਕਿਆ ਸੀ ਮੈਂ ਇਸ ਗੱਲ ਦਾ ਗਵਾਹ ਹਾਂ ਜੇ ਅਗਰ ਥੋੜਾ ਜਿਹਾ ਹਮਤ ਮਾਰ ਲੈਣਾ ਉਹ ਕਿਤਾਬ ਸਾਹਮਣੇ ਆ ਜੇ ਤਾਂ ਉਸ ਬੰਦੇ ਦੀ ਜਿਹੜੀ ਅੰਤਿਮ ਇੱਛਾ ਸੀ ਉਹ ਜ਼ਰੂਰ ਪੂਰੀ ਹੋ ਜੂਗੀ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਰੀਤ ਸੀ ਵੀ ਇਹ ਕਿਤਾਬ ਮੈਂ ਲੋਕਾਂ ਸਾਹਮਣੇ ਲਿਆਉਣੀ ਲਿਆਉਣੀ ਆ ਠੀਕ ਹੈ ਤੇ ਦੂਸਰੀ ਗੱਲ ਸਵਰਨ ਸਿੰਘ ਸਿਬਿਆ ਜੀ ਜੋ ਤਾਂ ਕਮਰ ਸਿੰਘ ਚਮਕੀਲਾ ਅਮਰਜੋਤ ਦਾ ਨਾਮ ਰਹੂਗਾ ਸਵਰਨ ਸਿੰਘ ਜੀ ਦਾ ਨਾਮ ਵੀ ਨਾਲ ਰਹੂਗਾ ਕਿਉਂਕਿ ਇੱਕ 5 ਸਾਲ ਦੇ ਬੱਚੇ ਤੋਂ ਲੈ ਕੇ ਇੱਕ 90 95 ਸਾਲ ਦੇ ਬਜ਼ੁਰਗ ਤੱਕ ਤੁਸੀਂ ਜੇ ਚਮਕੀਲਾ ਜੀ ਦੇ ਕਿਸੇ ਗੀਤ ਦਾ ਜ਼ਿਕਰ ਸੁਣੋਗੇ ਤਵਾ ਹੀ ਸਤੋਂ ਬਾਬਾ ਕੋਲਿਆ ਤੇਰਾ ਨਨਕਾੜਾ ਜੋ ਕਿ ਜਦੋਂ ਵੀ ਕੋਈ ਵਿਰੋਧੀ ਗੱਲ ਕਰਦਾ ਸੀ ਤਾਂ ਉਸ ਦਾ ਜਵਾਬ ਇਸ ਗੀਤ ਰਾਹੀਂ ਦਿੱਤਾ ਜਾ ਸਕਦਾ ਸੋ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਸੀਆ ਨੂੰ ਸੀਆ ਪਰਿਵਾਰ ਨੇ ਬਲਾਕ ਮਾਨ ਦਿੱਤਾ ਜਿਹੜੀ ਗੀਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਹੈ ਨਾ ਉਹਨਾਂ ਦੇ ਵਿੱਚ ਇੱਕ ਪਾਣੀ ਦੇ ਬਲਬਲੇ ਆ ਜਿਹੜਾ ਹੈ ਨਾ ਗੀਤ ਸਿੱਧੂ ਮੂਸੇਵਾਲਾ ਤੱਕ ਸੌਂਦਾ ਸੀਗਾ ਔਰ ਸਿੱਧੂ ਦੇ ਅਖੀਰਲੇ ਦਿਨ ਦੇ ਵਿੱਚ ਦਿਨਾਂ ਦੇ ਵਿੱਚ ਉਹਨਾਂ ਨੇ ਇਹੀ ਸਟੋਰੀ ਦੇ ਵਿੱਚ ਆਪਣਾ ਗੀਤ ਲਾਇਆ ਸੀ ਜੋ ਕਿ ਸੀਵੀਐ ਸਾਹਿਬ ਦਾ ਲਿਖਿਆ ਹੋਇਆ ਹੈ ਤੇ ਤੁਹਾਡੇ ਅੰਦਰ ਤੋਂ بڑے ਬਲਬਲੇ ਜਿਹੜੇ ਆ ਉੱਠਦੇ ਹੋਣਗੇ ਕਿ ਕੀ ਹੋਇਆ ਹੋਊਗਾ ਦੋ ਹੈ ਨਾ ਔਰ ਚਮਕੀਲਾ ਸਾਹਿਬ ਅਗਰ ਅੱਜ ਹੁੰਦੇ ਤੁਹਾਡੇ ਨਾਲ ਤੇ ਅੱਜ ਸ਼ਾਇਦ ਕੁਝ ਰਤਬਾ ਇੱਕ ਵੱਖਰਾ ਹੋਣਾ ਸੀਗਾ ਪਰਵਾਰ ਦਾ ਰਤਬਾ ਤਾਂ ਹੈ ਹੀ ਹੈ ਪਰ ਇੱਕ ਹੋਰ ਮਾਹੌਲ ਜਿਹੜਾ ਹੈ ਉਹ ਸ਼ਾਇਦ ਥਿਊਣਾ ਸੀਗਾ ਮੈਡਮ ਜਿਸ ਤਰ੍ਹਾਂ ਇੱਕ ਕਹਾਵਤ ਬਾਣੀ ਹੋਈ ਹੈ ਸਿਆਣਾਂ ਦੇ ਵੀ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ ਉਹ ਮੇਰੇ ਨਾਲ ਤਾਂ ਉਹ ਕੁਝ ਹੋ ਰਿਹਾ ਕਿਉਂਕਿ ਮੈਂ ਸਿਰਫ ਮੈਂ ਇੰਨਾ ਕੀ ਯੋਗਦਾਨ ਹੈ ਮੇਰਾ ਵੀ ਮੈਂ ਚਮਕੀਲਾ ਜਿਹਦੇ ਉੱਪਰ ਸਭ ਤੋਂ ਜ਼ਿਆਦਾ ਰਿਸਰਚ ਕਰ ਕੀਤੀ ਹੈ ਹੁਣ ਤੱਕ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਸ਼ੁਕਰ ਵੀ ਹੈ ਕਿ ਮੈਂ ਉਸ ਅਮਰ ਜੋੜੀ ਲਈ ਇੰਨਾ ਕੁਝ ਕਰ ਸਕਿਆ ਵੀ ਅੱਜ ਦੇ ਕੋਈ ਬਲਤੇਸ਼ਰਨ ਨੂੰ ਕੋਈ ਜਾਣਦਾ ਹੈ ਤਾਮਰਸਨ ਚਮਕੀਲਾ ਰਮਰ ਜੋਜੀ ਕਰਕੇ ਕੋਈ ਜਾਣਦਾ ਨਹੀਂ ਤਾਂ ਹੋਰ ਮੇਰੇ ਵਰਗੇ ਬਹੁਤ ਮੀਡੀਆ ਵਾਲੇ ਫਿਰਦੇ ਨੇ ਮੈਂ ਤਾਂ ਸਿਰਫ ਉਹਨਾਂ ਦੇ ਬਾਰੇ ਜਾ ਕੇ ਰਿਸਰਚ ਕੀਤੀ ਸੀ ਕਿ ਕਿੱਥੋਂ ਨੇ ਸ਼ੁਰੂਆਤ ਹੋਈ ਕਿਹੜੇ ਕਿਹੜੇ ਸਾਥੀ ਉਹਨਾਂ ਦੇ ਨਾਲ ਰਹੇ ਕਿੱਥੇ ਉਹਨਾਂ ਦੀ ਡੈਥ ਹੋਈ ਕਿੱਥੇ ਸਭ ਤੋਂ ਪਹਿਲਾਂ ਛੱਤ ਡੇਗੀ ਕਿਹੜੇ ਪਿੰਡ ਦੇ ਵਿੱਚ ਉਹਨਾਂ ਨੇ ਫਰੀ ਖਾੜਾ ਲਾਇਆ ਔਰ ਕਿੱਥੇ ਕਿਹੜੇ ਕਿਹੜੇ ਕੁੜੀਆਂ ਨੂੰ ਉਹ ਫਰੀ ਜਿਹੜੇ ਆਪਦੇ ਕੋਲੋਂ ਜਿਹਨਾਂ ਨੇ ਕਿੰਨਾਂ ਦੇ ਵਿਆਹ ਕੀਤੇ ਉਹਨਾਂ ਨੇ ਇਹ ਸਾਰਾ ਰਿਕਾਰਡ ਜਿਹੜਾ ਹੈਗਾ YouTube ਦੇ ਉੱਪਰ ਲੋਕ ਮੈਨੂੰ ਤੁਹਾਡੇ ਚੈਨਲ ਰਾਹੀਂ ਜਦੋਂ ਦੇਖਣਗੇ ਤਾਂ ਬਹੁਤ ਜ਼ਿਆਦਾ ਪਛਾਣ ਲੈਂਦੇ ਨੇ ਬਲਤੇਸਰਾ ਮੇਰਾ ਚੈਨਲ ਬਣਿਆ ਹੋਇਆ ਉਹਦੇ ਵਿੱਚ ਸਾਰਾ ਕੁਝ ਮੈਂ ਹੈਗਾ ਜਿਹੜਾ ਲੋਕਾਂ ਸਾਹਮਣੇ ਤਰਿਆ ਹਾਂ ਇਹ ਗੱਲ ਤੁਹਾਡੀ ਠੀਕ ਹੈ ਵੀ ਅਗਰ ਅੱਜ ਹੋ ਹੁੰਦੇ ਤਾਂ ਕਿਹਨੇ ਮਿਲਣ ਦੇਣਾ ਸੀਗਾ ਕਿਉਂਕਿ ਉਹ ਉਸ ਵੇਲੇ ਵੀ ਉਹਨਾਂ ਦਾ ਰਤਬਾ ਇੱਕ ਐਜ ਦਾ ਸੀ ਉਹ ਆਪ ਚਾਏ ਨਰਮ ਸੀਗੇ ਪਰ ਉਹਨਾਂ ਦਾ ਰਤਬਾ ਅੱਜ ਦੇ ਕਲਾਕਾਰਾਂ ਦੇ ਮਤਲਬ ਅਕੋਚ ਦੇ ਦੇਖਦੇ ਆਂ ਤਾਂ ਅੱਜ ਕਲਾਕਾਰ ਦੇ ਦੋ ਗੀਤ ਚੱਲ ਜਾਣਾ ਉਹਦੇ ਨਾਲ 10-500 ਹੁੰਦੇ ਨੇ ਕਿਸੇ ਨਾਲ ਫੋਟੋ ਨਿਕਚਾਉਣ ਦਿੱਤੇ ਉਹ ਇਨਸਾਨ ਉਹ ਜੋੜੀ ਐਸੀ ਸੀ ਤੁਸੀਂ ਯਕੀਨਵਾਨੀਓ ਅਖੀਰਲੇ ਦਿਨ ਤੱਕ ਵੀ ਅਮਰਜੋਤ ਭੈਣ ਜੀ ਸਾਡੇ ਗਵਾਂਢੀ ਦੱਸਦੇ ਨੇ ਘਰ ਦਾ ਕੰਮ ਤੱਕ ਉਹ ਮਤਲਬ ਨਹੀਂ ਤਾਂ ਅਗਲਾ ਕਹਿੰਦਾ ਨੌਕਰ ਰੱਖੋ ਆ ਰੱਖੋ ਉਹ ਆਪ ਕਰਦੇ ਸੀ ਬਿਲਕੁਲ ਕੱਪੜੇ ਤੱਕ ਦਾ ਧਿਆਨ ਸਾਰਾ ਮਤਲਬ ਇੱਕ ਪੂਰੇ ਫਰਜ਼ ਨਿਭਾਉਂਦੇ ਸੀਗੇ ਘਰ ਤੋਂ ਲੈ ਕੇ ਸਟੇਜ ਤੱਕ ਦੇ ਸਾਰੇ ਇਹ ਹੀ ਗੱਲ ਚਮਕੀਲਾ ਜੀ ਸੀਗੀ ਵੀ ਜਿਵੇਂ ਏਡੇ ਵੱਡੇ ਸਟਾਰ ਸੀ ਨਿਮਰਤਾ ਨਹੀਂ ਛੱਡੀ ਅਖੀਰ ਤੱਕ ਉਹਨਾਂ ਨੇ ਸਭ ਨੂੰ ਵੀਰਪ੍ਰਾਨ ਭਾਈ ਕਹਿ ਕੇ ਬੁਲਾਉਣਾ ਦੁਗਰ ਦੇ ਵਿੱਚ ਵੀ ਜਿਹੜੇ ਜਾਂਦੇ ਸੀ ਸਾਡੇ ਭੈਣ ਗੁਰਮੇਲ कौर ਬੈਠੀ ਆ ਇਸ ਗੱਲ ਦੀ ਗਵਾਹ ਹੈ ਵੀ ਜਿਹੜੀਆਂ ਸਿਆਣੀ ਉਮਰ ਦੀਆਂ ਬੁੜੀਆਂ ਸੀ ਜਾਸਵੜੀ ਦੇ ਕੁੜੀਆਂ ਸੀ ਉਹ ਦੁਗਰੀ ਤੋਂ ਮਤਲਬ ਪਰੇ ਹੋ ਕੇ ਕੱਢ ਜਾਂਦੇ ਸੀ ਮਤਲਬ ਇੱਕ ਜਿਵੇਂ ਵੱਡੇ ਬੰਦੇ ਨੂੰ ਸਤਿਕਾਰ ਦੇਣਾ ਹੁੰਦਾ ਉਹਨਾਂ ਦਾ ਯਾਨੀ ਇੰਨਾਂ ਕੋ ਮਤਲਬ ਸਤਿਕਾਰ ਕਰਦੇ ਸੀ ਉਹ ਤੁਸੀਂ ਰਿਸਰਚ ਉਹਨਾਂ ਤੇ ਇੰਨੀ ਕੀਤੀ ਹੈ ਹੈਨਾ ਤੁਹਾਨੂੰ ਕਿੱਥੋਂ ਆਈ ਸੀ ਤੁਹਾਡੇ ਅੰਦਰ ਕਿੱਥੋਂ ਇਹ ਗੱਲ ਆਈ ਸੀ ਕਿ ਇਹ ਰਿਸਰਚ ਕਰਾਂ ਮਤਲਬ ਕਿਹੜੀ ਚੀਜ਼ ਤੁਹਾਨੂੰ ਜਿਹੜੇ ਤੁਹਾਡੇ ਦਿਲ ਤੇ ਚੁਪਦੀ ਹੁੰਦੀ ਸੀ ਕਿ ਇਹ ਰਿਸਰਚ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਦੁ ਉਹ ਸਿੱਕਾ ਅਖਬਾਰ ਦੀ ਖਬਰ ਹੁਣ ਮੈਨੂੰ ਨਾਮ ਨਹੀਂ ਯਾਦ ਛੋਟਾ ਹੁੰਦਾ ਸੀ ਮੈਂ ਕੀ ਹੋਇਆ ਜਦੋਂ ਇਹ ਮਾੜੀ ਘਟਨਾ ਵਾਪਰੀ ਤਾਂ ਦੋ ਚਾਰ ਦਿਨਾਂ ਬਾਅਦ ਸਾਡੇ ਪਿੰਡ ਦੇ ਮੁੰਡੇ ਇਕੱਠੇ ਹੋ ਕੇ ਕਹਿੰਦੇ ਵੀ ਆਪਾਂ ਉਹ ਜਗ੍ਹਾ ਦੇਖ ਕੇ ਆਈਏ ਜਦੋਂ ਅਸੀਂ ਜਗ੍ਹਾ ਦੇਖਣ ਚਲੇ ਗਏ ਤਾਂ ਉੱਥੇ ਲੋਕ ਗੱਲਾਂ ਕਰਦੇ ਸੀ ਵੀ ਯਾਰ ਸਟੇਜ ਤੇ ਤਾਂ ਚੜ੍ਹ ਦੇ ਦਿੰਦੇ ਇੱਕ ਤਾਂ ਗੀਤਾ ਗਾਣ ਦੇ ਦਿੰਦੇ ਵੀ ਗੀਤ ਨਹੀਂ ਕੋਈ ਪਹਿਲੀ ਮਾਰਤੇ ਉਹ ਜਦੋਂ ਮੈਂ ਆ ਕੇ ਅਖਬਾਰ ਉਹ ਮੇਰੇ ਕਿਉਂਕਿ ਅਖਬਾਰ ਦੇ ਵਿੱਚ ਇਹ ਲਿਖਿਆ ਹੋਇਆ ਸੀ ਵੀ ਅਮਰਸਨ ਚਮਕੀਲਾ ਅਮਰ ਜੋ ਜੋੜੀ ਨੂੰ ਜਿਹੜਾ ਹੈਗਾ ਗਉਂਦਿਆਂ ਨੂੰ ਮਾਰ ਦਿੱਤਾ ਅਖਬਾਰ ਤੇ ਉਹ ਜਦੋਂ ਮੈਂ ਖਬਰ ਪੜ੍ਹੀ ਦੁਬਾਰਾ ਆ ਕੇ ਘਰ ਅਖਬਾਰ ਦੇਖਿਆ ਕਿਉਂਕਿ ਮੈਂ ਪਹਿਲਾਂ ਦੋਨਾਂ ਦੇ ਕਟਿੰਗਾਂ ਸਾਹਮਣੇ ਰੱਖਦਾ ਹੁੰਦਾ ਸੀ ਤਾਂ ਮਨ ਨੂੰ ਬੜਾ ਦੁੱਖ ਲੱਗਿਆ ਵੀ ਹਕੀਕਤ ਹੋ ਰਹੀ ਹੈ ਤੇ ਕਿਹਾ ਛਾਪੇ ਕੋ ਸੁਰ ਜਾ ਰਹੇ ਆ ਵੀ ਇਹ ਤਾਂ ਮਤਲਬ ਹੋਰ ਕੋਈ ਬਹੁਤ ਗੱਲਾਂ ਨਹੀਂ ਜਿਹੜੀਆਂ ਕਿ ਲੋਕਾਂ ਸਾਹਮਣੇ ਆਉਣੀਆਂ ਜ਼ਰੂਰੀ ਨੇ ਉਸ ਗੱਲ ਨੇ ਮੈਨੂੰ ਬਸ ਦਿਲ ਨੂੰ ਐਸਾ ਹਲੁਣਾ ਦਿੱਤਾ ਕਿ ਮੈਂ ਉਸ ਵੇਲੇ ਮੇਰੇ ਕੋਲ ਇੱਕ ਮੋਬਾਈਲ ਹੁੰਦਾ ਸੀ ਇਹ 2010 ਦੀ ਗੱਲ ਹੈ ਜੀ 2010 ਦੇ ਵਿੱਚ ਇੱਕ Nokia ਦਾ ਫੋਨ ਤੋਂ ਮੈਂ ਸ਼ੁਰੂਆਤ ਕੀਤੀ ਸੀਗੀ ਬੀ Nokia ਫੋਨ ਦੇ ਲੈ ਕੇ ਮੈਂ ਸਭ ਤੋਂ ਪਹਿਲਾਂ ਵਰਸੀ ਤੇ ਆਇਆ ਅਮਰਸੰਤ ਚਮਕੀਲਾ ਜੀ ਦੀ ਜੀ ਔਰ ਬਾਕੀ ਮੇਰਾ ਜਿਹੜਾ ਪਿੰਡ ਹੈ ਪਖੋਵਾਲ ਜਿੱਥੇ ਚਮਕੀਲਾ ਜੀ ਵਿਆਹੇ ਹੋਏ ਸੀਗੇ ਗੁਰਮੀਲ ਕੌਰ ਦੇ ਨਾਲ ਸਾਹਮਣੇ ਇਹਨਾਂ ਦਾ ਘਰ ਹੈ ਜਿੱਥੇ ਮੇਰਾ ਖੇਤ ਨੇ ਔਰ ਇਸ ਤਰ੍ਹਾਂ ਵੀ ਲਗਾਬ ਸੀਗਾ ਕਿਉਂਕਿ ਪਿੰਡਾਂ ਦੇ ਨੇ ਦੂਜੀ ਗੱਲ ਇਹ ਸੀਗੀ ਵੀ ਜਦੋਂ ਆ ਅਗਲ ਮੈਂ ਪੜ੍ਹੀ ਤਾਂ ਵਰਸੀ ਤੇ ਆਇਆ ਤਾਂ ਵਰਸੀ ਤੇ ਮੇਰੀ ਕਿਸਮਤ ਚੰਗੀ ਗੱਲੋ ਮੇਰੇ ਮਨੋ ਤੰਕੀਲੇ ਦਾ ਇੱਕ ਸਾਥੀ ਮਿਲ ਗਿਆ ਜਿਹਦਾ ਨਾਮ ਸੀਗਾ ਕੁਲਵਿੰਦਰ ਕੋਕੀ ਉਹ ਅੱਜ ਵੀ ਮੌਜੂਦ ਹੈ ਸਭ ਤੋਂ ਪੁਰਾਣਾ ਸਾਥੀ ਹੈ ਮੈਨੂੰ ਕਿਸੇ ਨੇ ਦੱਸਦਾ ਵੀ ਉਹ ਕੋਕੀ ਹੈ ਜਿਹੜਾ ਚਮਕੀਲੇ ਦੇ ਨਾਲ ਹੁੰਦਾ ਸੀ ਜਿਵੇਂ ਮਰਾਹ ਮਿਲ ਜਾਂਦਾ ਹੁੰਦਾ ਮੈਂ ਕਿਹਾ ਮੈਂ ਉਹਨੂੰ ਬਾਜੀ ਸੱਸੀ ਕਾਲ ਕਾ ਸੱਸੀ ਕਾ ਮੈਂ ਕਿਹਾ ਤੁਸੀਂ ਨਾਲ ਰਹੇ ਹੋ ਕਹਿੰਦਾ ਮੈਂ ਕਿਹਾ ਉਹਨਾਂ ਨਾਲ ਦੇ ਬੰਦਿਆਂ ਨੂੰ ਜਾਣਦੇ ਹਾਂ ਕਿ ਸਾਰੇ ਨੂੰ ਜਾਣਦਾ ਬਸ ਮੈਨੂੰ ਇੱਕ ਲਾਈਨ ਮਿਲ ਗਈ ਮੈਂ ਉਸ ਤੋਂ ਬਾਅਦ ਉਹਨਾਂ ਨਾਲ ਰਾਬਤਾ ਰੱਖਿਆ ਜੀ ਮਤਲਬ ਅੱਗੇ ਦੇ ਅੱਗੇ ਜਗਾ ਜਾ ਕੇ ਪੁੱਛਦਾ ਰਿਹਾ ਸਾਥੀਆਂ ਬਾਰੇ ਜਾਣਕਾਰੀ ਲੈਂਦਾ ਰਿਹਾ ਲੋਕਾਂ ਤੋਂ ਆਪਣੇ ਪੇਸ਼ ਕਰਦਾ ਰਿਹਾ ਉਹਦੀ ਬਦੌਲਤਾਂ ਵੀ ਅੱਜ ਤੁਹਾਡੇ ਸਾਹਮਣੇ ਮੈਂ ਬੈਠਾ ਇੰਟਰਵਿਊ ਕਰ ਰਿਹਾ ਔਰ ਚਮਕੀਲਾ ਪਰਵਾਰ ਮੈਨੂੰ ਬਣਦਾ ਸੰਦਦਾ ਮਾਣ ਦਿੰਦਾ ਔਰ ਮੈਨੂੰ ਇਸ ਗੱਲ ਦਾ ਮਾਣ ਵੀ ਰਹੂਗਾ ਵੀ ਮੈਂ ਉਸ ਅਮਰ ਜੋੜੀ ਦੇ ਬੱਚੇ ਦਾ ਮੁੰਡੇ ਦਾ ਪਹਿਲਾ ਅਖਾੜਾ ਉਹਦਾ ਮੈਂ ਗਵਾਹ ਬਣਿਆ ਜੀ ਮੇਰੇ ਰਾਹੀਂ ਉਹ ਬਕੋਆ ਮੰਗੋਵਾਲ ਪਿੰਡ ਦੇ ਵਿੱਚ ਔਰ ਅਸੀਂ ਪਹਿਲੀ ਸਟੇਜ ਚਲੋ ਚਮਕੀਲਾ ਜੀ ਦੇ ਮੈਂ ਜ਼ਿੰਦਗੀ ਦੇ ਵਿੱਚ ਦੋ ਹੀ ਸਟੇਜਾਂ ਦੇਖ ਚੁੱਕਿਆ ਦੇਖਿਆ ਸੀਗੀਆਂ ਉਹ ਕਿੱਥੋਂ ਕਿੱਥੋਂ ਦੀਆਂ ਸੀਗੀਆਂ ਉਹ ਮੈਂ ਤਾਂ ਮੇਰੇ ਪਿੰਡ ਕੋਲੇ ਇੱਕ ਤਾਂ ਜੀ ਡਾਂਗੋ ਹੈ ਜੀ ਤੇ ਇੱਕ ਸਾਡੇ ਕੋਲੇ ਪਿੰਡ ਹੈਗਾ ਹਲਵਾਰਾ ਦੋਨੇ ਮਤਲਬ ਦੋਨੇ ਜਗ੍ਹਾ ਦੇਖਿਆ ਸੀ ਕਿ ਪਰ ਉਦੋਂ ਇੰਨੀ ਨਹੀਂ ਸੋਚ ਸੋਚ ਸੋਚਿਆ ਸੀ ਵੀ ਕਦੇ ਉਹਨਾਂ ਦੇ ਮੁੰਡੇ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬਹਿ ਕੇ ਇੰਨੇ ਨੇੜੇ ਹੋ ਕੇ ਜਾਂ ਪਰਿਵਾਰ ਦੇ ਬਹੁਤ ਚੰਗਾ ਸੁਭਾਅ ਸਾਰੇ ਪਰਿਵਾਰ ਦਾ ਜਿਸ ਤਰ੍ਹਾਂ ਸਿਵੀਆ ਪਰਿਵਾਰ ਦਾ ਸੁਭਾਅ ਨਰਮ ਹੈ ਅਮਰਸੰਤ ਚਮਕੀਲਾ ਜੀ ਦੇ ਬੇਟੇ ਦਾ ਨੌਧਾਰਣੀ ਦਾ ਉਹਨਾਂ ਦੀ ਫੈਮਿਲੀ ਸਾਰੇ ਦਾ ਮਤਲਬ ਗੁਰਮੀਲ ਕੋਰ ਦਾ ਸਾਰਾ ਸੁਭਾਅ ਬਹੁਤ ਚੰਗਾ ਹੈ ਮੈਨੂੰ ਜਿੰਨਾ ਕਿ ਮੇਰਾ ਹੱਕ ਬਣਦਾ ਹੈ ਮਾਨ ਸਤਕਾਰ ਦਾ ਮੈਨੂੰ ਮੇਰਾ ਮਾਨ ਸਤਕਾਰ ਦਿੰਦੇ ਨੇ ਮੇਰੇ ਲਈ ਇਹ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਮੈਂ ਜ਼ਿਆਦਾ ਸਮਝਤ ਨਹੀਂ ਲੂੰਗੀ ਪਰ ਇਹ ਜ਼ਰੂਰ ਪੁੱਛਣਾ ਚਾਹੂੰਗੀ ਜਦੋਂ ਅਸੀਂ ਕਿਸੇ ਚੀਜ਼ ਤੇ ਰਿਸਰਚ ਕਰਨਾ ਸ਼ੁਰੂ ਕਰ ਦਿੰਦੇ ਆ ਉਹਦੇ ਬਾਰੇ ਡੂੰਘਾਈ ਚ ਜਾਨਣਾ ਸ਼ੁਰੂ ਕਰ ਦਿੰਦੇ ਆ ਉਹ ਚੀਜ਼ਾਂ ਸਾਨੂੰ ਸੌਣ ਵੀ ਨਹੀਂ ਦਿੰਦੀਆਂ ਉਹ ਹਮੇਸ਼ਾ ਬੇਚੈਨ ਰੱਖਦੀਆਂ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੈ ਬੇਚੈਨ ਤਾਂ ਬੇਚੈਨ ਜੀ ਜਿਹੜੇ ਉਹਦੇ ਵਿਰੋਧੀ ਨੇ ਉਹਨਾਂ ਨੇ ਇੰਨੀਆਂ ਕਿ ਮੈਨੂੰ ਗਾਲਾਂ ਕੱਢੀਆਂ ਸੀ ਮੈਨੂੰ ਹੁਣ ਵੀ ਦਿਨੋਂ ਭੁੱਲਦੇ ਨਹੀਂ ਜਦੋਂ ਮੈਂ ਸ਼ੁਰੂ ਕੀਤਾ ਸੀ ਕੰਮ ਮੇਰੇ ਬੱਚਿਆਂ ਤੱਕ ਨੂੰ ਮੇਰੀ ਬੇਟੀ ਤੱਕ ਨੂੰ ਮਤਲਬ ਫੋਨ ਤੇ ਧਮਕੀਆਂ ਫੋਨ ਕਰ ਧਮਕੀਆਂ ਬਿਲਕੁਲ ਸਿੱਧਾ ਮ ਭਾਈਚਾਰਾ ਤਾਂ ਆਪਦੇ ਹੁੰਦਾ ਹੈ ਹੋਰ ਤਾਂ ਕੀ ਨੇ ਸਾਨੂੰ ਕਹਿਣਾ ਸੀਗਾ ਹੁਣ ਵੀ ਉਹੀ ਹੁੰਦਾ ਹੈ ਮਤਲਬ ਹੁਣ ਵੀ ਕੁਝ ਲੋਕਾਂ ਦੀ ਇਹੀ ਸਗਲ ਤੇ ਜ਼ੋਰ ਲੱਗਿਆ ਹੈ ਵੀ ਇਹ ਪਰਿਵਾਰ ਇਕੱਠਾ ਨਾਲ ਰਹੇ ਜੇ ਵੀ ਇਹ ਕੁਝ ਕੁਛ ਨਾ ਕੁਛ ਆਪਦੇ ਮਤਲਬ ਅਸੀਂ ਫਾਇਦਾ ਲੈ ਜਾਈਏ ਇਹਨਾਂ ਦਾ ਕੋਈ ਬਣੇ ਨਾ ਬਣੇ ਉਹ ਵੱਡੀ ਗੱਲ ਹੈ ਔਰ ਮੈਂ ਤੁਹਾਡੇ ਚੈਨਲ ਰਾਹੀਂ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਨਾ ਚਾਹੁੰਨਾ ਵੀ ਜਿਸ ਤਰ੍ਹਾਂ ਅਸੀਂ ਰੱਬ ਨੂੰ ਜਾਨ ਦੇਣੀ ਹੈ ਅਸੀਂ ਜੇ ਦਿਲ ਸਾਫ਼ ਰੱਖ ਕੇ ਉਹਨਾਂ ਪ੍ਰਤੀ ਸਹੀ ਰਹਿਾਂਗੇ ਅਸੀਂ ਉਹਨਾਂ ਪਰਿਵਾਰ ਨੂੰ ਇਕੱਠੇ ਰੱਖ ਸਕਾਂਗੇ ਸਭ ਤੋਂ ਵੱਡੀ ਉਸ ਜੋੜੇ ਲਈ ਸਾਡੀ ਕੋਈ ਵੀ ਸਰਦਾਰ ਲਈ ਇਹ ਹੀ ਸਭ ਤੋਂ ਵੱਡੀ ਹੈ ਵੀ ਅਸੀਂ ਕੁਝ ਨਾ ਕੁਝ ਉਹਨਾਂ ਲਈ ਚੰਦਾ ਕਰੀਏ ਤਾਂ ਕਿ ਸਾਨੂੰ ਲੋਕ ਜਿਵੇਂ ਯਾਦ ਕਰਦੇ ਨੇ ਤਾਂ ਆਉਣ ਵਾਲੇ ਸਮੇਂ ਚ ਵੀ ਯਾਦ ਕਰਨ। ਜਨਾਬ ਸਾਹਿਬ ਇੱਕ ਜਿਹੜਾ ਸਵਾਲ ਸਾਡੇ ਦਿਲ ਦੇ ਵਿੱਚ ਹਜੇ ਤੱਕ ਹੈਗਾ ਹੈ ਚਾਹੇ ਚਮਕੀਲਾ ਫਿਲਮ ਰਿਲੀਜ਼ ਹੋਈ ਹੈ ਉਸ ਨੂੰ ਵੇਖਣ ਤੋਂ ਬਾਅਦ ਵੀ ਕਿ ਆਖਿਰ ਕੌਣ ਸੀ ਉਹ ਲੋਕ ਜਿਨ੍ਹਾਂ ਕਰਕੇ ਅੱਜ ਜਮਕੀਲਾ ਜੀ ਔਰ ਅਮਰ ਜੋ ਜਿੰਨੇ ਹੀ ਰੇ ਸਾਡੇ ਵਿੱਚ ਵਿਚਾਲੇ ਤੁਹਾਡੇ ਅੰਦਰ ਵੀ ਤੁਹਾਡੇ ਜ਼ਹਿਨ ਦੇ ਵਿੱਚ ਵੀ ਕੀ ਤੁਸੀਂ ਆਪਣੇ ਰਿਸਰਚ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿੰਨਾ ਕਾਰਨ ਲੋਕੀ ਜੋ ਵੀ ਦੱਸਦੇ ਨੇ ਪਰ ਅਸਲ ਬੰਦੇ ਕੌਣ ਸੀ ਪਿੱਛੇ ਜਿੰਨਾ ਕਰਕੇ ਉਹ ਸਾਡੇ ਵਿੱਚ ਆਲੇ ਨਹੀਂ ਜਿਹੜਾ ਕਾਰਨ ਮੈਨਾਂ ਨਾ ਤੁਹਾਡੇ ਫੀਲਡ ਦੇ ਵਿੱਚ ਵੀ ਹੈ ਮੇਰੇ ਫੀਲਡ ਦੇ ਵਿੱਚ ਵੀ ਹੈ ਜਿਹੜੀ ਜੈਲਸ ਹੁੰਦੀ ਹੈ ਨਾ ਜੈਲਸ ਫੈਕਟਰ ਜਿਹੜਾ ਹੈ ਇਹ ਸਭ ਤੋਂ ਵੱਡਾ ਫੈਕਟਰ ਹੈ ਇਸ ਲਾਈਨ ਦੇ ਮਤਲਬ ਇਹਨਾਂ ਦੇ ਜਿਹੜੇ ਮਾੜੇ ਪਕਰਣਾ ਵਾਪਰੀ ਇੱਕ ਗਰੀਬਕਰ ਦਾ ਬੰਦਾ ਕਿੰਨੇ ਕਦੇ ਜ਼ਿੰਦਗੀ ਵਿੱਚ ਇੰਨੀ ਗਰੀਬੀ ਦੇਖੀ ਸੀ ਜਦੋਂ ਅਸਮਾਨ ਦੀ ਛੁਈਆਂ ਉੱਪਰ ਚ ਤਾਂ ਪਹੁੰਚ ਗਿਆ ਜਿਹੜੇ ਉਸ ਤੋਂ ਪਹਿਲਾਂ ਤਨੰਤਰ ਬੈਠੇ ਸੀਗੇ ਉਹ ਗੱਲਾਂ ਫਿਰ ਕਿੱਥੇ ਹਜਮਾਉਣ ਦਿੰਦੀਆਂ ਨੇ ਅੱਜ ਵੀ ਇਹੀ ਕੁਛ ਹੈ ਚਾਹੇ ਉਹਨਾਂ ਗਏ ਨੂੰ 36 ਸਾਲ ਹੋ ਗਏ ਅੱਜ ਵੀ ਲੋਕ ਉਹਦਾ ਨਾਮ ਲੈਣ ਤੋਂ ਮਤਲਬ ਕਈ ਤਾਂ ਉਹਨਾਂ ਨੂੰ ਤਾਂ ਪਤਾ ਨਹੀਂ ਕੀ ਉਹਨਾਂ ਦਾ ਢਿੱਡ ਚ ਦਰਦ ਉੱਠਦਾ ਹੈ ਵੀ ਚੰਗਾ ਨਹੀਂ ਸਮਝਦੇ ਜਾਂ ਜੇ ਅਸੀਂ ਕੰਮ ਕਰਨ ਦੇ ਸਾਡੀਆਂ ਲੱਤਾਂ ਕਜਿ ਤਨ ਸਾਡਾ ਵਿਰੋਧ ਹੁੰਦਾ ਸੋ ਇਹ ਗੱਲ ਨਹੀਂ ਗੋਡਕ੍ਰੈਫਟਰਾਂ ਨਾਲ ਜੋੜੀ ਸੀ ਨਾਮ ਵੀ ਦੋਨਾਂ ਦਾ ਦੋਨਾਂ ਦੇ ਨਾਮ ਦੇ ਅੱਗੇ ਵੀ ਅਮਰ ਲੱਗਦਾ ਸੀ ਹੋਣਾ ਵੀ ਅਮਰ ਸੀ ਚਲੋ ਇਹ ਰੱਬ ਬਣਿਓ ਜਿਵੇਂ ਕਹਦੀ ਜਿਵੇਂ ਲਿਖਾ ਕੇ ਆਏ ਆ ਜਣਾ ਤਾਂ ਸਭ ਨੇ ਉਵੇਂ ਹੀ ਹੁੰਦਾ ਪਰ ਕੁਦਰਤੀ ਮੇਲ ਹੀ ਐਸਾ ਹੋਇਆ ਦੇਖੋ ਅਮਰ ਜੋ ਅਮਰ ਸਿੰਘ ਚਮਕੀਲਾ আর ਅਮਰ ਜੋਤ ਮਤਲਬ ਜੋੜੀ ਇਸ ਤਰ੍ਹਾਂ ਦੀ ਬਣਾਈ ਵੀ ਰਹਿੰਦੀ ਦੁਨੀਆ ਤੱਕ ਜਿਵੇਂ ਚਰਨਜੀਤ ਅਵਜਾ ਸਾਹਿਬ ਨੇ ਕਿਤੇ ਕਿਹਾ ਹੋਇਆ ਵੀ ਜਿਵੇਂ ਜਿਵੇਂ ਸਾਲ ਬੱਤੇ ਜਾਣਗੇ ਇਹਨਾਂ ਦਾ ਕਰਾਫਟ ਜਿਹੜਾ ਹੈਗਾ ਉੱਪਰ ਹੀ ਉੱਪਰ ਜਾਣਾ ਸੋ ਸੰਗੀਤ ਸੰਗੀਤ ਸਮਰਾਟ ਨੇ ਉਹ ਤੇ ਉਹਨਾਂ ਦੇ ਕਈਆਂ ਗੱਲਾਂ ਨੇ ਕੁਝ ਨਾ ਕੁਝ ਦੇਖੀ ਕਿਹਾ ਸਾਡੇ ਤਾਂ ਦਿਲੋਂ ਦੁਆ ਹੈ ਵੀ ਜਿਸ ਤਰ੍ਹਾਂ ਇਹ ਮਤਲਬ ਇਹ ਪਰਿਵਾਰ ਦਾ ਨਾਮ ਉੱਚਾ ਹੋ ਰਿਹਾ ਹੋਰ ਉੱਚਾ ਹੋਵੇ ਜਿਸ ਮਤਲਬ ਜਿਸ ਤਰ੍ਹਾਂ ਉਹਨਾਂ ਨੂੰ ਢੀਕਦੇ ਹੁੰਦੇ ਸੀ ਲੋਕ ਅੱਜ ਉਹਨਾਂ ਦੇ ਬੇਟੇ ਨੂੰ ਢੀਕਣ ਸਾਡੇ ਤਾਂ ਦਿਲੋਂ ਇਹ ਦੁਆ ਹੈ ਮਤਲਬ ਜੇ ਸਹੀ ਪੁੱਛਦੇ ਹਾਂ ਤਾਂ ਸਾਡੇ ਦਿਲ ਦੀਆਂ ਭਾਵਨਾਵਾਂ ਨੇ ਜਿੰਨੇ ਮੇਰੇ ਵਰਗੇ ਨੇ ਵੀ ਉਹਨਾਂ ਦੇ ਬੇਟੇ ਦਾ ਨਾਮ ਵੀ ਆਉਣ ਵਾਲੇ ਸਮੇਂ ਤੇ ਇਸੇ ਤਰ੍ਹਾਂ ਲੋਕ ਢੀਕਣ ਵੀ ਹਾਂ ਜੈਮਨ ਆ ਰਿਹਾ ਜੈਮਨ ਉਹ ਇਹ ਨਕਨ ਵੀ ਚਮਕੀਲੇ ਦਾ ਮੁੰਡਾ ਹੈ ਮਤਲਬ ਉਲਟਾ ਲੋਕ ਇਹ ਕਹਿਣਾ ਵੀ ਆਹ ਦੇਖੋ ਜੈਮਨ ਦੇ ਮਤਲਬ ਚਮਕੀਲਾ ਦੇ ਬੇਟਾ ਸੀਗਾ ਜੈਮਨ ਹੁਣ ਤਾਂ ਇਹ ਕਰ ਰਹੇ ਨੇ ਆਉਣ ਵਾਲੇ ਸਮੇਂ ਚ ਇਹ ਕਹਣਗੇ ਜੈਮਨ ਜਿਹਦਾ ਮਤਲਬ ਚਮਕੀਲਾ ਜੈਮਨ ਠੀਕ ਹੈ ਜੀ ਪਰਿਵਾਰ ਬਹੁਤ ਵਧੀਆ ਜੀ ਬਹੁਤ ਵਧੀਆ ਸਿਵੀਅਲ ਸਾਹਿਬ ਦਾ ਤੁਹਾਡੇ ਚੈਨਲ ਦੇ ਲਈ ਇੱਕ ਵਾਰੀ ਫਿਰ ਧੰਨਵਾਦ ਹੈ ਵੀ ਇਹਨਾਂ ਨੇ ਸਾਨੂੰ ਇੰਨਾ ਕ ਮਨ ਸਤਿਕਾਰ ਦਿੱਤਾ ਪਹਿਲੇ ਦਿਨ ਤੋਂ ਹੁਣ ਤੱਕ ਵੀ ਸੋ ਅਸੀਂ ਸਾਰੀ ਉਮਰ ਇਹਨਾਂ ਦੇ ਜਿਹੜੇ ਹੈਗੇ ਰਹਿਣੀ ਰਹਾਂਗੇ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਤੁਸੀਂ ਜਿਹੜੀ ਕਹੀ ਕਿ ਅਮਰ ਜਿਹੜਾ ਹੈ ਨਾਮ ਦੀ ਤਰ੍ਹਾਂ ਹਮੇਸ਼ਾ ਰਹਿਣਗੇ ਅਸੀਂ ਵੀ ਇਹੀ ਕਹਿੰਦੇ ਹਾਂ ਕਿ ਨਾਮ ਦੀ ਤਰ੍ਹਾਂ ਹਮੇਸ਼ਾ ਅਮਰ ਰਹਿਣਗੇ 36 ਸਾਲ ਤੋਂ ਪਹਿਲਾਂ ਵੀ ਉਹਨਾਂ ਦੇ ਗੀਤ ਜਿਹੜੇ ਵਜਦੇ ਸੀ ਅੱਜ ਤੱਕ ਉਹਨਾਂ ਦੇ ਗੀਤ ਵਜਦੇ ਹਨ ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਵਜਦੇ ਰਹਿਣਗੇ ਪਰ ਤੁਹਾਡਾ ਮੈਨੂੰ ਲੱਗਦਾ ਬਹੁਤ ਸਹਿਯੋਗ ਹੈ ਉਹਨਾਂ ਦੀ ਜਿਹੜੀ ਗੱਲਾਂ ਨਹੀਂ ਪਤਾ ਸੀ ਲੋਕਾਂ ਨੂੰ ਉਹਨਾਂ ਤੱਕ ਪਹੁੰਚਣ ਦੇ ਲਈ ਮੈਨੂੰ ਲੱਗਦਾ ਕਿ ਤੁਹਾਡੀ ਬਹੁਤ ਮਿਹਨਤ ਲੱਗੀ ਹੋਈ ਹੈ ਉਸ ਦੇ ਵਿੱਚ ਤੁਸੀਂ ਇਸ ਚੀਜ਼ ਦੇ ਬਹੁਤ ਮੈਨੂੰ ਲੱਗਦਾ ਹੈ ਕਿ ਤੁਹਾਡਾ ਇੱਕ ਰਿਗਾਰਡ ਹੋਣਾ ਚਾਹੀਦਾ ਹੈ ਕਿਉਂਕਿ ਚਮਕੀਲੇ ਦੇ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਹੈ ਪਰ ਜਿੰਨਾ ਕੁ ਹੋ ਸਕਦਾ ਹੈ ਤੁਹਾਡੀ ਜਿੰਨੀ ਕੋਸ਼ਿਸ਼ ਰਹੀ ਹੈ ਤੁਸੀਂ ਉਹ ਗੱਲਾਂ ਜਿਹੜੀਆਂ ਸਾਹਮਣੇ ਲੈ ਕੇ ਆਏ ਹੋ ਅਸੀਂ ਇਹੀ ਕਵਾਂਗੇ ਕਿ ਤੁਸੀਂ ਆਪਣੀ ਰਿਸਰਚ ਜਿਹੜੀ ਉਹਨਾਂ ਬਾਰੇ ਹੋਰ ਜਿਹੜੀ ਜਾਰੀ ਰੱਖੋ ਜੈਮਨ ਬਾਰੇ ਵੀ ਲੋਕਾਂ ਨੂੰ ਦੱਸਦੇ ਰਹੋ ਨਹੀਂ ਦੱਸਣੇ ਦੱਸਣਾ ਜੀ ਬਾਕੀ ਇੱਕ ਗੱਲ ਹੋਰ ਮੈਂ ਸਮਝੀ ਕਰਦਾ ਜਾਵਾਂ ਵੀ ਜਿਹੜੇ ਅੱਜ ਬੈਠਾ ਮੈਂ ਜੇ ਸੀਬੀਐਸ ਸਾਹਿਬ ਨਾਲ ਗੱਲ ਕਰਨੇ ਘਰੇ ਬੈਠਾ ਹਾਂ ਤਾਂ ਇਹ ਮੇਰੇ ਰਿਸਰਚ ਦਾ ਯਾਰ ਇੱਕ ਮਤਲਬ ਹੈ ਸੀਬੀਐਸ ਸਾਹਿਬ ਮੇਰੇ ਕਦਰਦਾਨ ਉਦੋਂ ਬਣੇ ਉਹ ਕਹਿੰਦੇ ਯਾਰ ਵੀ ਮੈਂ ਮਤਲਬ ਇੱਕ ਤਰ੍ਹਾਂ ਦਾ ਨਾ ਜਿਸ ਜਦੋਂ ਉਹ ਬਾਤ ਜੋੜੀ ਗਈ ਸੀ ਮੈਂ ਦਿਲ ਬਹੁਤ ਜ਼ਿਆਦਾ ਸੜ ਚੁੱਕਿਆ ਸੀ ਪਰ ਤੇਰੇ ਇੰਟਰਵਿਊਆਂ ਦੇਖ ਕੇ ਮੈਨੂੰ ਬੜਾ ਹੌਸਲਾ ਮਿਲਿਆ ਵੀ ਕੋਈ ਬੰਦਾ ਐਸਾ ਉੱਠਿਆ ਵੀ ਜਿਹੜਾ ਉਹਨਾਂ ਤੇ ਰਿਸਰਚ ਕਰਕੇ ਲੋਕਾਂ ਸਾਹਮਣੇ ਸੱਚਾਈਆਂ ਲੈ ਕੇ ਆ ਰਿਹਾ ਜਾਂ ਉਹਨਾਂ ਬਾਰੇ ਉਹਨਾਂ ਦੀ ਜ਼ਿੰਦਗੀ ਬਾਰੇ ਦੱਸ ਰਿਹਾ ਠੀਕ ਹੈ ਨਾ ਤਾਂ ਇਹ ਮੈਂ ਮਤਲਬ ਮੇਰੇ ਸੇ ਆਉਣਾ ਸੀ ਜਿਵੇਂ ਬੜਾ ਜਿਵੇਂ ਕਹਿੰਦੇ ਕੁਦਰਤ ਨੇ ਬੜਗੀਆਂ ਦੇਣੀਆਂ ਸੀ ਨਹੀਂ ਤਾਂ ਹੋਰ ਬਥੇਰੇ ਬੰਦੇ ਕੈਮਰਾ ਚੱਕ ਕੇ ਤੁਰੇ ਫਿਰਦੇ ਨੇ ਪਰ ਜੇ ਅੱਜ ਕੋਈ ਬਲਤੇਸ਼ ਸਿੰਘ ਨੂੰ ਜਾਣਦਾ ਤਾਂ ਉਸ ਅਮਰ ਜੋੜੀ ਕਰਕੇ ਜਾਣਦਾ ਸੋ ਮੈਂ ਇੱਕ ਦਿਲੋਂ ਧੰਨਵਾਦ ਕਰਦਾ ਹਾਂ ਪੂਰੀ ਚਮਕੀਲਾ ਫੈਮਿਲੀ ਦਾ ਵੀ ਜਿਹੜਾ ਕਿ ਮੈਨੂੰ ਮਾਨ ਸਤਕਾਰ ਦਿੰਦੇ ਨੇ ਔਰ ਸਿਵੀਆ ਸਾਹਿਬ ਦਾ ਜਿੱਥੇ ਵੀ ਇਹ ਜੋੜੀ ਜਿੱਥੇ ਵੀ ਸਾਡਾ ਵੀਰ ਸਵਰਨ ਸਿਵੀਆ ਹੋਵੇ ਚ ਰੱਬ ਉਹਨੂੰ ਆਵਿਚਰਨਾਂ ਦੇ ਵਿੱਚ ਵਸਾ ਦੇਵੇ ਮੇਰੀ ਇਹ ਦਿਲੋਂ ਦੁਆ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਧੰਨਵਾਦ